ਕਿਤਾਬ ਖਾੜਕੂ ਸੰਘਰਸ਼ ਦੀ ਸਾਖੀ ਅਣਜਾਣੇ ਅਣਗੌਲੇ ਸਿਦਕੀ ਅਤੇ ਜੋਧੇ ਲੇਖਕ ਭਾਈ ਦਲਜੀਤ ਸਿੰਘ ਪਾਠ 6 ਜੰਗ ਅਤੇ ਬੰਦਿਆਂ ਦੇ ਕਿਰਦਾਰ 22ਵੇਂ ਭਾਗ ਵਿੱਚ ਸੁਣੋ ਦੋ ਦੋਸਤਾਂ ਦੀ ਦਾਸਤਾਨ ਲਹਿੰਦੇ ਪੰਜਾਬ ਦੇ ਦੋ ਨੌਜਵਾਨ ਅਤੇ ਕਲੰਕ ਦਾ ਡਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋ ਦੋਸਤਾਂ ਦੀ ਦਾਸਤਾਨ ਇਹ ਸ੍ਰੀ ਅੰਮ੍ਰਿਤਸਰ ਦੇ ਦੋ ਦੋਸਤਾਂ ਦੀ ਦਾਸਤਾਨ ਹੈ ਜੋ ਛੋਟੇ ਹੁੰਦਿਆਂ ਤੋਂ ਹੀ ਇਕੱਠੇ ਪੜੇ ਸਨ ਇਕੱਠੇ ਹੱਸਦੇ ਖੇਡਦੇ ਜਵਾਨ ਹੋਏ ਉਸ ਸਮੇਂ ਦੇ ਸੈਂਕੜੇ ਨੌਜਵਾਨਾਂ ਵਾਂਗ ਖਾੜਕੂ ਸੰਘਰਸ਼ ਵਿੱਚ ਸ਼ਾਮਲ ਹੋ ਗਏ ਉਸ ਸਮੇਂ ਕਾਲਜਾਂ ਯੂਨੀਵਰਸਿਟੀਆਂ ਵਿੱਚ ਪੜਦੇ ਗੰਭੀਰ ਸੰਵੇਦਨਸ਼ੀਲ ਤੇ ਅਣਖੀ ਨੌਜਵਾਨ ਸਹਿਜ ਹੀ ਇਸ ਰਾਹ ਵੱਲ ਮੋੜ ਕੱਟ ਲੈਂਦੇ ਸਨ ਹਾਲਾਤ ਤੇ ਪੰਥ ਦੀ ਸੂਰਤ ਹੀ ਕੁਝ ਇਸ ਤਰ੍ਹਾਂ ਦੀ ਸੀ ਕਿ ਇਹੋ ਜਿਹੇ ਨੌਜਵਾਨਾਂ ਨੂੰ ਪਤਾ ਨਹੀਂ ਸੀ ਲੱਗਦਾ ਕਿ ਕਦੋਂ ਉਹ ਇਸ ਵਹਿਣ ਵਿੱਚ ਵਹਿ ਤੁਰਦੇ ਸਨ ਇਹ ਦੋਵੇਂ ਨੌਜਵਾਨ ਵੀ ਇਹੋ ਜਿਹੇ ਹੀ ਸਨ ਬਚਪਨ ਤੋਂ ਇਹਨਾਂ ਵਿੱਚ ਡੂੰਗੀ ਦੋਸਤੀ ਤੇ ਦੋਹਾਂ ਪਰਿਵਾਰਾਂ ਵਿੱਚ ਵੀ ਆਪਸ ਵਿੱਚ ਸਾਂਝ ਬਣੀ ਹੋਈ ਸੀ ਪੜ੍ਹਾਈ ਖੇਡਾਂ ਸੱਭਿਆਚਾਰਕ ਸਰਗਰਮੀਆਂ ਤੇ ਪੜ੍ਹਾਈ ਤੋਂ ਵੀ ਅਗਾਹ ਚੰਗਾ ਸਾਹਿਤ ਪੜਨ ਵਿੱਚ ਇਹ ਸਭ ਤੋਂ ਅੱਗੇ ਸਨ ਇਸੇ ਤਰ੍ਹਾਂ ਜਦੋਂ ਪੰਥ ਉੱਤੇ ਭੀੜ ਬਣੀ ਤਾਂ ਇਹ ਸਭ ਤੋਂ ਪਹਿਲਾਂ ਪੰਥ ਦੀ ਸੇਵਾ ਨੂੰ ਸਮਰਪਿਤ ਹੋ ਗਏ ਦੋਵਾਂ ਦੇ ਪਰਿਵਾਰਾਂ ਨੇ ਬਹੁਤ ਸਮਝਾਇਆ ਬਹੁਤ ਰੋਕਿਆ ਤੇ ਬੜੇ ਹੀਲੇ ਕੀਤੇ ਪਰ ਇਹਨਾਂ ਨੇ ਸਮਝਣਾ ਨਹੀਂ ਸੀ ਇਹਨਾਂ ਵਿੱਚੋਂ ਇੱਕ ਨੌਜਵਾਨ ਛੇਤੀ ਹੀ ਭਗੌੜਾ ਹੋ ਗਿਆ ਤੇ ਕਈ ਵਾਰ ਦਾਤਾਂ ਕਰਕੇ ਪੁਲਿਸ ਦੀ ਸੂਚੀ ਵਿੱਚ ਮੂਰਲੀ ਕਤਾਰ ਵਿੱਚ ਆ ਗਿਆ ਦੂਸਰੇ ਨੂੰ ਵੀ ਉਸ ਦੇ ਨਾਲ ਹੀ ਭਗੌੜਾ ਹੋਣਾ ਪਿਆ ਤੇ ਦੋਵੇਂ ਖਾਲਕੂ ਸੰਘਰਸ਼ ਵਿੱਚ ਬਹੁਤ ਸਰਗਰਮ ਹੋ ਗਏ 6 ਮਹੀਨਿਆਂ ਬਾਅਦ ਇਹਨਾਂ ਵਿੱਚੋਂ ਦੂਸਰਾ ਨੌਜਵਾਨ ਆਪਣੀ ਰਿਸ਼ਤੇਦਾਰੀ ਵਿੱਚੋਂ ਫੜਿਆ ਗਿਆ ਇਹਦਾ ਪਰਿਵਾਰ ਇਲਾਕੇ ਦਾ ਉੱਗਾ ਪਰਿਵਾਰ ਸੀ ਤੇ ਚੰਗਾ ਅਸਰ-ਸੂਖ ਰੱਖਦੇ ਸਨ ਇੱਕ ਨੇੜਲਾ ਰਿਸ਼ਤੇਦਾਰ ਦਿੱਲੀ ਦਰਬਾਰ ਦੇ ਖੁਫੀਆ ਮਹਿਕਮੇ ਵਿੱਚ ਚੰਗਾ ਅਫਸਰ ਸੀ ਪਰਿਵਾਰ ਨੇ ਉਸ ਨੌਜਵਾਨ ਨੂੰ ਬਚਾਉਣ ਲਈ ਪੂਰੀ ਬਾਹ ਲਾ ਦਿੱਤੀ ਪੈਸਾ ਅਸਰ-ਸੂਖ ਤੇ ਉਸ ਰਿਸ਼ਤੇਦਾਰ ਨੇ ਪੂਰਾ ਜ਼ੋਰ ਲਾਇਆ ਪਰ ਉਹ ਡੋਲਿਆ ਨਾ ਕੋਈ 3 ਮਹੀਨੇ ਸ੍ਰੀ ਅਮਰਸਰ ਦੀ ਮਾਲ ਮੰਡੀ ਦੇ ਤਸੀਹੇ ਖਾਨੇ ਤੇ ਹੋਰ ਪੁਛਗਿਛ ਕੇਂਦਰਾਂ ਵਿੱਚ ਉਸ ਉੱਪਰ ਤਰ੍ਹਾਂ-ਤਰ੍ਹਾਂ ਦੇ ਤਸ਼ੱਦਦ ਦੇ ਤਰੀਕੇ ਅਪਣਾਏ ਗਏ ਪਰ ਉਹ ਅੜਿਆ ਰਿਹਾ ਉਸ ਦਾ ਸਰੀਰ ਟੁੱਟ ਪਾ ਚੁੱਕਾ ਸੀ ਪਰ ਮਨ ਹਲੇ ਤਕੜਾ ਸੀ ਉਸ ਉੱਤੇ ਇਹੋ ਹੀ ਜ਼ੋਰ ਪਾਇਆ ਜਾ ਰਿਹਾ ਸੀ ਕਿ ਉਹ ਆਪਣੇ ਦੋਸਤ ਨੂੰ ਫੜਾ ਦੇਵੇ ਜੋ ਉਸ ਵਕਤ ਬਹੁਤ ਮਸ਼ਹੂਰ ਹੋ ਗਿਆ ਸੀ ਸਰਕਾਰ ਨੇ ਉਸ ਉੱਤੇ ਇਨਾਮ ਰੱਖ ਦਿੱਤਾ ਸੀ ਤਸ਼ੱਦਦ ਦੇ ਦੌਰ ਬਾਅਦ ਆਈਬੀ ਵਾਲਿਆਂ ਨੇ ਉਸ ਨਾਲ ਹਮਦਰਦੀ ਤੇ ਸਤਕਾਰ ਵਾਲਾ ਰੋਖ ਅਪਣਾ ਲਿਆ ਉਸ ਨਾਲ ਜ਼ਿੰਦਗੀ ਭੇਖ ਉਸਦੇ ਪਰਿਵਾਰ ਤੇ ਖਾੜਕੂ ਸੰਘਰਸ਼ ਦੇ ਮਨੋਰਥ ਅਤੇ ਸਿੱਖੀ ਸੰਬੰਧੀ ਗੱਲਬਾਤ ਕਰਨ ਲੱਗ ਪਏ ਤੇ ਹੁਣ ਉਸ ਨੂੰ ਮਾਰਨਾ ਕੁੱਟਣਾ ਬੰਦ ਕਰ ਦਿੱਤਾ ਜਿਹੜਾ ਨੌਜਵਾਨ ਹਰ ਤਰ੍ਹਾਂ ਦੇ ਤਸ਼ੱਦਦ ਵਿੱਚ ਨਹੀਂ ਸੀ ਡੋਲਿਆ ਉਹ ਪੁਲਿਸ ਵਾਲਿਆਂ ਦੇ ਇਸ ਨਵੇਂ ਤਰੀਕੇ ਨੂੰ ਨਾ ਸਮਝ ਸਕਿਆ ਗੱਲਬਾਤ ਰਾਹੀਂ ਪੈਣ ਵਾਲੇ ਦਬਾਅ ਨਾਲ ਉਸਦੇ ਇਰਾਦੇ ਤੇ ਸੋਚ ਵਿੱਚ ਕੁਝ ਤਰੇੜ ਆ ਗਈ ਪੁਸ਼ਗਿਸ਼ ਕਰਨ ਵਾਲੇ ਸਦਾ ਹੀ ਇਹ ਦੋਵੇਂ ਤਰੀਕੇ ਨਾਲ ਉਹ ਨਾਲ ਵਰਤਦੇ ਹਨ ਇੱਕ ਹਿੱਸਾ ਤਸ਼ੱਦਦ ਤੇ ਜਲੀਲ ਕਰ ਰਿਹਾ ਹੁੰਦਾ ਹੈ ਤੇ ਇੱਕ ਚੰਗਾ ਹਮਦਰਦ ਬਣ ਕੇ ਨਰਮਾਈ ਨਾਲ ਪੇਸ਼ ਆ ਰਿਹਾ ਹੁੰਦਾ ਹੈ ਬਹੁਤੀ ਵਾਰ ਜਿਹੜਾ ਬੰਦਾ ਹਰ ਤਰ੍ਹਾਂ ਦੀ ਕੁੱਟ ਚੱਲ ਜਾਂਦਾ ਹੈ ਉਹ ਇਸ ਹਮਦਰਦੀ ਵਾਲੇ ਹਿੱਸੇ ਕੋਲੋਂ ਗੱਲਬਾਤ ਵਿੱਚ ਹਾਰ ਜਾਂਦਾ ਹੈ ਅਤੇ ਸਭ ਕੁਝ ਦੱਸ ਦਿੰਦਾ ਹੈ ਕਈ ਵਾਰ ਇੰਜ ਕਰਦੇ ਆ ਉਸ ਨੂੰ ਇਹ ਅਹਿਸਾਸ ਨਹੀਂ ਹੁੰਦਾ ਕਿ ਮੈਂ ਕੀ ਕਰ ਬੈਠਾ ਹਾਂ ਇਹੋ ਕੁਝ ਇਸ ਨੌਜਵਾਨ ਨਾਲ ਵਾਪਰਿਆ ਉਸ ਦਾ ਪਰਿਵਾਰ ਤੇ ਆਈਬੀ ਵਾਲਾ ਰਿਸ਼ਤੇਦਾਰ ਉਸ ਨੂੰ ਮਿਲਣ ਲੱਗ ਪਏ ਤੇ ਉਸ ਨੌਜਵਾਨ ਦਾ ਇਰਾਦਾ ਕਮਜ਼ੋਰ ਪੈ ਗਿਆ। ਉਹਨਾਂ ਨੇ ਉਸ ਨੂੰ ਕਿਹਾ ਕਿ ਤੂੰ ਆਪਣੇ ਦੋਸਤ ਨੂੰ ਫੜਾ ਦੇ। ਅਸੀਂ ਤੈਨੂੰ ਬਾਹਰਲੇ ਮੁਲਕ ਭੇਜ ਦੇਵਾਂਗੇ ਅਤੇ ਉਸ ਉੱਤੇ ਅਸੀਂ ਕੇਸ ਪਾ ਕੇ ਜੇਲ੍ਹ ਭੇਜ ਦੇਵਾਂਗੇ। ਇਸ ਤਰ੍ਹਾਂ ਤੁਸੀਂ ਦੋਨੋਂ ਬਾਝ ਜਾਵੋਗੇ ਤੇ ਪੰਥ ਪ੍ਰਤੀ ਵੀ ਸੱਚੇ ਰਹਿ ਜਾਵੋਗੇ। ਹੁਣ ਤੱਕ ਉਸਦੇ ਦੋਸਤ ਦਾ ਖਾੜਕੂ ਸਫਾਂ ਵਿੱਚ ਅਹਿਮ ਨਾਮ ਬਣ ਚੁੱਕਿਆ ਸੀ। ਫਿਰ ਇੱਕ ਦਿਨ ਇਹ ਨੌਜਵਾਨ ਨੇ ਆਪਣੇ ਦੋਸਤ ਅਤੇ ਉਸਦੇ ਦੋ ਸਾਥੀਆਂ ਨੂੰ ਰੇਲਵੇ ਸਟੇਸ਼ਨ ਕੋਲੋਂ ਫੜਵਾ ਦਿੱਤਾ ਇਹਨਾਂ ਵਿੱਚੋਂ ਇੱਕ ਜਣੇ ਨੇ ਸਾਇਨਡ ਖਾ ਲਈ ਜਦੋਂ ਕਿ ਪਹਿਲਾ ਦੋਸਤ ਤੇ ਉਸਦਾ ਇੱਕ ਸਾਥੀ ਫੜ ਲਏ ਗਏ ਸ੍ਰੀ ਅਮਰਸਰ ਦੀ ਮਾਲ ਮੰਡੀ ਵਾਲੇ ਤੇ ਸੀਹਾ ਕੇਂਦਰ ਵਿੱਚ ਲਿਆ ਕੇ ਉਹਨਾਂ ਉੱਤੇ ਤਸ਼ੱਦਦ ਕਰਨ ਤੋਂ ਪਹਿਲਾਂ ਪੁਲਿਸ ਵਾਲਿਆਂ ਨੇ ਇਹਨਾਂ ਦੋਵਾਂ ਦੋਸਤਾਂ ਨੂੰ ਆਹਮੋ ਸਾਹਮਣੇ ਕਰਵਾਇਆ ਕੁਝ ਸਮਾਂ ਉਹ ਇੱਕ ਦੂਜੇ ਵੱਲ ਦੇਖਦੇ ਰਹੇ ਤੇ ਫਿਰ ਜਦੋਂ ਦੂਸਰੇ ਨੇ ਪਹਿਲੇ ਨੂੰ ਜੱਫੀ ਪਾ ਕੇ ਕਿਹਾ ਕਿ ਕੋਈ ਗੱਲ ਨਹੀਂ ਸਭ ਠੀਕ ਹੋ ਜਾਵੇਗਾ ਤੇ ਇਹ ਤੁਹਾਡੀ ਗ੍ਰਿਫਤਾਰੀ ਪਾ ਦੇਣਗੇ ਤਾਂ ਪਹਿਲੇ ਦੋਸਤ ਨੇ ਲੰਬਾ ਹੋਕਾ ਲਿਆ ਤੇ ਚੀਕ ਉਠਿਆ ਤੂੰ ਇਹ ਕਿਵੇਂ ਕਰ ਦਿੱਤਾ ਇਨ੍ਹਾਂ ਵਿਪਰਾਂ ਉੱਤੇ ਵਿਸ਼ਵਾਸ ਕਰ ਲਿਆ ਅਸੀਂ ਤਾਂ ਤੈਨੂੰ ਥੋੜੇ ਚਿਰ ਵਿੱਚ ਹੀ ਇਨ੍ਹਾਂ ਤੋਂ ਛਡਵਾ ਲੈਣਾ ਸੀ ਸਾਨੂੰ ਤੇਰੇ ਉੱਤੇ ਕਿੰਨਾ ਮਾਣ ਸੀ ਇਹ ਕਿਵੇਂ ਹੋ ਗਿਆ ਦੂਜੇ ਨੇ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਪਰ ਉਹਦਾ ਕੋਈ ਜਵਾਬ ਆਪਣੇ ਪੈਰਾਂ ਉੱਤੇ ਖੜਨ ਜੋਗਾ ਨਹੀਂ ਸੀ ਉਹ ਇੱਕ ਦੂਜੇ ਤੋਂ ਪਰਾਂ ਅਟ ਗਏ ਜਿਹੜੇ ਦੋ ਦਿਲਾਂ ਦੀ ਧੜਕਣ ਇੱਕ ਸੀ ਉਹ ਪੂਰੀ ਤਰ੍ਹਾਂ ਵੱਖ-ਵੱਖ ਹੋ ਗਏ ਅਤੇ ਇੱਕ ਦੂਜੇ ਤੋਂ ਬਹੁਤ ਦੂਰ ਜਾ ਖਲੋਤੇ ਇੱਕ ਪਲ ਦੇ ਮਿਲਣ ਤੇ ਕੋਈ ਸ਼ਬਦਾਂ ਨੇ ਉਮਰਾਂ ਦੀ ਸਾਂਝ ਨੂੰ ਲੀਰੋ-ਲੀਰ ਕਰ ਦਿੱਤਾ ਹੁਣ ਉਹਨਾਂ ਵਿੱਚ ਕੁਝ ਨਹੀਂ ਰਹਿ ਗਿਆ ਸਿਵਾਏ ਪਛਤਾਵੇ ਅਤੇ ਨਿਰਾਸ਼ਾ ਦੇ ਪੁਲਿਸ ਨੇ ਆਪਣਾ ਪੁਛਗਿਸ ਦਾ ਦੌਰ ਸ਼ੁਰੂ ਕਰ ਦਿੱਤਾ ਨਵੇਂ ਫੜੇਗੇ ਦੋਸਤ ਉਤੇ ਬਹੁਤ ਤਸ਼ੱਦਦ ਟਾਇਆ ਗਿਆ ਪਰ ਉਹ ਸਖਤ ਪਹਾੜ ਵਾਂਗ ਅੜ ਕੇ ਖਲੋ ਗਿਆ ਕਈ ਦਿਨਾਂ ਦੇ ਸਖਤ ਤਸ਼ੱਦਦ ਅਤੇ ਦੋਸਤ ਵੱਲੋਂ ਸਮਝਾਉਣ ਦੇ ਬਾਵਜੂਦ ਉਹ ਟੱਸ ਤੋਂ ਮਾਸ ਨਹੀਂ ਹੋਇਆ ਸਗੋਂ ਹੋਰ ਕਰੜਾ ਹੋ ਹੀ ਗਿਆ ਉਹਨੇ ਆਪਣੇ ਦੋਸਤ ਨਾਲ ਕੋਈ ਗੱਲ ਨਹੀਂ ਕੀਤੀ ਤੇ ਨਾ ਹੀ ਉਸ ਵੱਲ ਵੇਖਿਆ ਆਖਰ ਉਹ ਤਸ਼ੱਦਦ ਵਿੱਚ ਸ਼ਹੀਦ ਹੋ ਗਿਆ ਅਤੇ ਪੁਲਿਸ ਨੇ ਉਸ ਦਾ ਝੂਠਾ ਮੁਕਾਬਲਾ ਵਿਖਾ ਦਿੱਤਾ ਉਸ ਦੇ ਨਾਲ ਫੜੇ ਗਏ ਸਿੰਘ ਨੇ ਬਹੁਤ ਤਸ਼ੱਦਦ ਚੱਲਿਆ ਪਰ ਉਹ ਆਖਰ ਟੁੱਟ ਗਿਆ ਤੇ ਸੰਘਰਸ਼ ਦਾ ਕਾफी ਨੁਕਸਾਨ ਕਰਵਾਉਣ 18 ਬਾਰੇ ਦੱਸਣ ਤੋਂ ਇਲਾਵਾ ਕਈ ਸਿੰਘਾਂ ਦੀ ਸ਼ਹਾਦਤ ਦਾ ਕਾਰਨ ਬਣਿਆ ਉਹਨਾਂ ਦੋਵਾਂ ਦਾ ਇਕੱਠਿਆਂ ਹੀ ਪੁਲਿਸ ਮੁਕਾਬਲਾ ਬਣਾਇਆ ਗਿਆ ਦੂਜੇ ਪਾਸੇ ਕੁਝ ਦਿਨਾਂ ਬਾਅਦ ਦੂਜੇ ਦੋਸਤ ਨੂੰ ਆਈਬੀ ਵਾਲੇ ਨੇ ਆਪਣੇ ਰਿਸ਼ਤੇਦਾਰ ਵਜੋਂ ਜ਼ਿੰਮੇਵਾਰੀ ਉੱਤੇ ਬਾਹਰ ਲੈ ਆਂਦਾ ਤੇ ਆਪਣੇ ਕੋਲ ਦਿੱਲੀ ਹੀ ਲੈ ਗਿਆ ਉੱਥੋਂ ਕੁਝ ਮਹੀਨਿਆਂ ਬਾਅਦ ਉਸ ਦਾ ਪਾਸਪੋਰਟ ਬਣਵਾ ਕੇ ਉਸ ਨੂੰ ਯੂਰਪ ਦੇ ਇੱਕ ਦੇਸ਼ ਵਿੱਚ ਭੇਜ ਦਿੱਤਾ ਜਿੱਥੇ ਜਾ ਕੇ ਉਹਨੇ ਸਿਆਸੀ ਸ਼ਰਨ ਲੈ ਲਈ ਅਤੇ ਪੱਕੇ ਤੌਰ ਉਤੇ ਰਹਿਣ ਲੱਗ ਪਿਆ ਕੁਝ ਸਾਲਾਂ ਬਾਅਦ ਕਰਦਿਆ ਨੇ ਉਸ ਦਾ ਰਿਸ਼ਤਾ ਕਰ ਦਿੱਤਾ ਤੇ ਇੱਥੋਂ ਕੁੜੀ ਉੱਥੇ ਭੇਜ ਦਿੱਤੀ ਉਹ ਕਦੀ ਇੱਧਰ ਨਹੀਂ ਆਇਆ ਤੇ ਉੱਥੇ ਹੀ ਰਹਿੰਦਾ ਹੈ ਹੁਣ ਉਸ ਦੀ ਉਮਰ 50 ਸਾਲ ਤੋਂ ਉੱਪਰ ਹੈ ਉਹਦੇ ਦੋਵਾਂ ਬੱਚਿਆਂ ਦਾ ਵਿਆਹ ਵੀ ਹੋ ਗਿਆ ਹੈ ਕਿਸੇ ਨੂੰ ਇਹਨਾਂ ਦੋਵਾਂ ਦੋਸਤਾਂ ਦੀ ਕਹਾਣੀ ਦਾ ਅਸਲ ਸੱਚ ਪਤਾ ਨਹੀਂ ਇਹ ਪੱਖ ਸਿਰਫ ਇਸ ਨੂੰ ਤੇ ਇਸ ਦੇ ਆਈਬੀ ਵਾਲੇ ਰਿਸ਼ਤੇਦਾਰ ਨੂੰ ਹੀ ਪਤਾ ਹੈ ਜਾਂ ਮੈਨੂੰ ਕਿਸੇ ਤਰੀਕੇ ਨਾਲ ਇਹ ਪਤਾ ਲੱਗ ਗਿਆ ਸੀ ਪਰ ਮੈਂ ਵੀ ਉਸ ਬਾਰੇ ਕਿਸੇ ਨਾਲ ਗੱਲ ਨਹੀਂ ਕੀਤੀ ਉਹ ਆਪਣਾ ਜੀਵਨ ਜੀ ਰਿਹਾ ਹੈ ਉਹਦਾ ਪਰਿਵਾਰ ਇੱਧਰ ਆਉਂਦਾ ਜਾਂਦਾ ਹੈ ਉਹ ਆਪ ਉੱਥੇ ਹੀ ਕੰਮ ਕਰਦਾ ਰਹਿੰਦਾ ਜਾਂ ਸ਼ਰਾਬ ਪੀਂਦਾ ਰਹਿੰਦਾ ਹੈ ਤੇ ਕਿਸੇ ਤਰ੍ਹਾਂ ਦੀ ਸਿਹਤ ਸਰਗਰਮੀ ਵਿੱਚ ਵੀ ਹਿੱਸਾ ਨਹੀਂ ਲੈਂਦਾ ਉਹਦਾ ਕੋਈ ਸਮਾਜਿਕ ਘੇਰਾ ਜਾਂ ਦੋਸਤ ਨਹੀਂ ਹੈ ਉਹ ਲਗਾਤਾਰ ਕੰਮ ਵਿੱਚ ਰੁੱਝਿਆ ਰਹਿਣ ਕਾਰਨ ਕਾਫੀ ਅਮੀਰ ਹੈ ਤੇ ਇਕੱਲਾ ਹੀ ਸ਼ਰਾਬ ਪੀਂਦਾ ਹੈ ਹੁਣ ਉਸ ਦਾ ਸਰੀਰ ਕੁਝ ਬਿਮਾਰ ਰਹਿਣ ਲੱਗਾ ਹੈ ਪਰ ਕਿਸੇ ਨੂੰ ਉਸ ਦੇ ਅਸਲ ਦਰਦ ਤੇ ਰੋਗ ਦਾ ਪਤਾ ਨਹੀਂ ਲੋਕ ਸੋਚਦੇ ਹਨ ਕਿ ਕਿਸੇ ਵੇਲੇ ਉਹਨੇ ਸਿੱਖ ਸੰਘਰਸ਼ ਵਿੱਚ ਯੋਗਦਾਨ ਪਾਇਆ ਪਰ ਹੁਣ ਦੁਨਿਆਵੀ راہ ਉਤੇ ਤੁਰ ਪਿਆ ਹੈ ਮੈਂ ਉਸ ਦੇ ਦਰਦ ਨੂੰ ਸਮਝਦਾ ਹਾਂ ਪਰ ਹੁਣ ਉਸ ਦਾ ਕੁਝ ਨਹੀਂ ਹੋ ਸਕਦਾ ਉਹਨੇ ਦੁਨੀਆ ਅਤੇ ਦੀਨ ਵਿੱਚੋਂ ਦੁਨੀਆ ਨੂੰ ਚੁਣਿਆ ਸੀ ਦੁਨੀਆ ਤਾਂ ਮਿਲ ਗਈ ਪਰ ਉਸ ਵਿੱਚ ਕੋਈ ਜੀਵਨ ਨਹੀਂ ਸੀ ਦੁਨੀਆ ਦੇ ਰੰਗਾਂ ਵਿੱਚ ਉਹ ਬੇਰੰਗ ਨਿਰਾਸ਼ ਅਤੇ ਇਕੱਲਾ ਰਹਿ ਗਿਆ ਇਸ ਜਿੱਲਣ ਵਿੱਚੋਂ ਨਿਕਲਣ ਲਈ ਉਹ ਸ਼ਰਾਬ ਦਾ ਸਹਾਰਾ ਲੈਂਦਾ ਹੈ ਤੇ ਨਸ਼ੇ ਵਿੱਚ ਕੁਝ ਚਿਰ ਲਈ ਆਪਣੇ ਬੀਤੇ ਨੂੰ ਭੁੱਲ ਜਾਂਦਾ ਹੈ ਪਰ ਕਿਉਂਕਿ ਕਿਸੇ ਵੇਲੇ ਉਹਨੇ ਪੰਥਤਾ ਦਰਦ ਹੰਡਾਇਆ ਸੀ ਦੋਸਤੀ ਦੀ ਸਿਖਰ ਨੂੰ ਮਾਣਿਆ ਸੀ ਤੇ ਜੰਗ ਵਿੱਚ ਜੂਝਣ ਦੇ ਡੂੰਗੇ ਆਨੰਦ ਤੋਂ ਜਾਣੂ ਸੀ ਇਹ ਸਭ ਕੁਝ ਵਾਰ-ਵਾਰ ਉਹਨੂੰ ਯਾਦ ਆਉਂਦੇ ਹੋਣਗੇ ਹੀ ਜਿਸ ਕਰਕੇ ਆਪਣੇ ਕੀਤੇ ਦਾ ਪਛਤਾਵਾ ਤੇ ਘੋਰ ਨਿਰਾਸ਼ਾ ਉਸ ਨੂੰ ਸਦਾ ਘੇਰੀ ਰੱਖਦੀ ਹੈ ਲਹਿੰਦੇ ਪੰਜਾਬ ਦੇ ਦੋ ਨੌਜਵਾਨ ਮੈਂ ਕਿਸੇ ਅਲੀ ਰਜ਼ਾ ਨਾਂ ਦੇ ਇੱਕ ਮੁਸਲਮਾਨ ਲਖਾਰੀ ਦੀ ਮੁਲਾਕਾਤ ਸੁਣੀ ਜਿਸ ਨੇ ਸਿੱਖ-ਮੁਸਲਮ ਸੰਬੰਧਾਂ ਉੱਤੇ ਕਿਤਾਬ ਲਿਖੀ ਹੈ ਰਾਇ ਬੁਲਾਰ ਭਾਈ ਮਰਦਾਨਾ ਸਾਈ ਮੀਆਂ ਮੀਰ ਪੀਰ ਬੁੱਧੂ ਸ਼ਾਹ ਤੇ ਗਨੀ ਖਾਨ ਨਬੀ ਖਾਨ ਸਮੇਤ ਅਨੇਕਾਂ ਮੁਸਲਮਾਨ ਨਾਮਾਂ ਤੋਂ ਸਿੱਖ ਵਾਕ ਬਣ ਪਰਿਲਖਾਰੀ ਨੇ ਕੁਝ ਹੋਰ ਨਾਵਾਂ ਦੀ ਖੋਜ ਕੀਤੀ ਹੈ ਅਤੇ ਸਿੱਖ-ਮੁਸਲਮ ਸਬੰਧਾਂ ਦੇ ਕੁਝ ਪੱਖਾਂ ਨੂੰ ਰੌਸ਼ਨ ਕੀਤਾ ਹੈ। ਇਤਿਹਾਸ ਵਿੱਚ ਸਿੱਖਾਂ ਅਤੇ ਮੁਸਲਮਾਨਾਂ ਦੀ ਦੋਸਤੀ-ਦੁਸ਼ਮਣੀ ਸਿਰੇ ਦੀ ਰਹੀ ਹੈ। ਸਾਡਾ ਪਰਿਵਾਰ ਵੀ ਬਾਰ ਦੇ ਇਲਾਕੇ ਤੋਂ ਆਇਆ ਸੀ। ਮੇਰੇ ਨਾਨੇ ਦੇ ਸਾਰੇ ਦੋਸਤ ਮੁਸਲਮਾਨ ਹੀ ਸਨ। ਉਹ ساری ਉਮਰ ਉਹਨਾਂ ਦੀਆਂ ਗੱਲਾਂ ਕਰਦਾ ਹੀ ਤੁਰ ਗਿਆ। ਇਹ ਅਲੀ ਰਾਜ਼ਾ ਦੀ ਮੁਲਾਕਾ ਸੁਣ ਕੇ ਮੈਨੂੰ ਵੀ ਦੋ ਚਿਹਰੇ ਯਾਦ ਆਏ ਜੋ ਸਾਡੀ ਖਾਤਰ ਸ਼ਹੀਦ ਹੋਏ। ਇਹ ਹੱਸਦੇ ਚਿਹਰੇ ਮੇਰੇ ਜਿਹਨ ਵਿੱਚ ਆ ਜਾਂਦੇ ਹਨ ਇੱਕ ਦਾ ਨਾਂ ਸ਼ਫੀਕ ਹੈ ਜੋ 22 ਕੋਸਾਲ ਦਾ ਬੜਾ ਸੋਹਣਾ ਗੱਭਰੂ ਸੀ ਕੱਦ ਕੋਈ 5 ਫੁੱਟ 8 ਇੰਚ ਰੰਗ ਗੋਰਾ ਇਹ ਕਹਿਰਾ ਅਤੇ ਫੁਰਤੀਲਾ ਸਰੀਰ ਸੀ ਦਾੜੀ ਮੁੱਛਾਂ ਕੁਤਰੀਆਂ ਹੋਈਆਂ ਸਨ ਇਹ ਬੜਾ ਜਹੀਨ ਤੇਜ ਅਤੇ ਮਲਾਪੜੇ ਸੁਭਾਅ ਦਾ ਸੀ ਇਹ ਹਰ ਤਰ੍ਹਾਂ ਦਾ ਕੰਮ ਕਰ ਲੈਂਦਾ ਸੀ ਇਹ ਜ਼ਿਲ੍ਹਾ ਗੁਜਰਾਤ ਦੇ ਕਿਸੇ ਪਿੰਡ ਦਾ ਰਹਿਣ ਵਾਲਾ ਸੀ ਅਤੇ ਆਮ ਜ਼ਿਮੀਂਦਾਰ ਪਰਿਵਾਰ ਵਿੱਚੋਂ ਸੀ ਦਰਾਖ ਖੈਬਰ ਜੋ ਪਾਕਿਸਤਾਨ ਅਤੇ ਅਫਗਾਨਿਸਤਾਨ ਦੀ ਸਰਹੱਦ ਉੱਤੇ ਹੈ ਜਿੱਥੇ ਅੱਜਕੱਲ ਪਾਕਿਸਤਾਨੀ ਫੌਜ ਤਾਲੀਬਾਨਾਂ ਨਾਲ ਲੜ ਰਹੀ ਹੈ ਅਤੇ ਅਮਰੀਕਾ ਦੇ ਗੈਬੀ ਗੋਲੇ ਵੀ ਉਹਨਾਂ ਨੂੰ ਲੱਭ ਰਹੇ ਵਿੱਚ ਉਸ ਵੇਲੇ ਆਦਮ ਖੇਲ ਹਥਿਆਰਾਂ ਦਾ ਵੱਡਾ ਬਾਜ਼ਾਰ ਸੀ ਜਿੱਥੋਂ ਹਰ ਤਰ੍ਹਾਂ ਦੀ ਗੋਲੀ ਸਿਕਾ ਅਤੇ ਬਹੁਤ ਭਾਂ ਦੇ ਹਥਿਆਰ ਮਿਲਦੇ ਸਨ ਇੱਥੇ ਹਾਜੀ ਫੈਜ਼ਲ ਦਾ ਸਿੱਖਾਂ ਨਾਲ ਖਾਸ ਸੰਬੰਧ ਸੀ ਕਿ ਉਹ ਹਥਿਆਰ ਲੈਣ ਵਿੱਚ ਸਾਡੀ ਕਾਫੀ ਮਦਦ ਕਰਦੇ ਸਨ ਸਿੰਘ ਉਥੇ ਉਹਨਾਂ ਦੀ ਹਵੇਲੀ ਵਿੱਚ ਜਾ ਕੇ ਰਹਿੰਦੇ ਸਨ ਸ਼ਫੀਕ ਉਹਨਾਂ ਦਾ ਸਹਾਇਕ ਸੀ ਜਿਸ ਕਰਕੇ ਸਾਡਾ ਉਥੇ ਜਾਣ ਦਾ ਅਤੇ ਉਹਦਾ ਸਾਡੇ ਵੱਲ ਆਉਣ ਦਾ ਸਬਬਬ ਬਣਿਆ ਰਿਹਾ ਜਾਂਦਾ ਸੀ ਸਾਡੇ ਆਪਸ ਵਿੱਚ ਬੜੇ ਮੁਹੱਬਤ ਅਤੇ ਸਤਿਕਾਰ ਵਾਲੇ ਸਬੰਧ ਸਨ ਜਿਥੇ ਦਾ ਜਲਵਿੰਦਰ ਸਿੰਘ ਬੱਬਰ ਕਾਫੀ ਸਮਾਂ ਹਾਜੀ ਸਾਹਿਬ ਕੋਲ ਰਹੇ ਸਨ ਤਾਂ ਸ਼ਫੀਕ ਨਾਲ ਉਹਨਾਂ ਦਾ ਕਾਫੀ ਲਗਾਓ ਹੋ ਗਿਆ ਸੀ ਉਹ ਸਾਡੇ ਕੋਲ ਹੌਰਾ ਆ ਕੇ ਵੀ ਰਹਿ ਜਾਂਦਾ ਸੀ ਅਤੇ ਸਾਡੇ ਕੰਮ ਭੱਜ ਭੱਜ ਕੇ ਕਰਦਾ ਹੁੰਦਾ ਸੀ ਉਹ ਸਾਰੇ ਪਾਕਿਸਤਾਨ ਖਾਸ ਕਰਕੇ ਪੰਜਾਬ ਉੱਪਰਲਾ ਕਸ਼ਮੀਰ ਅਤੇ ਪਖਤੂਨ ਇਲਾਕੇ ਨੂੰ ਚੰਗੀ ਤਰ੍ਹਾਂ ਜਾਣਦਾ ਸੀ ਸਾਡੇ ਅਤੇ ਉਹਨਾਂ ਵਿੱਚ ਸੁਭਾਅ ਵਜੋਂ ਬਹੁਤਾ ਫਰਕ ਨਹੀਂ ਲੱਭਦਾ ਕਿਉਂਕਿ ਸੱਭਿਆਚਾਰਕ ਤੌਰ ਤੇ ਉਹ ਸਾਡੇ ਨੇੜੇ ਹੀ ਹਨ ਭਾਰਤ ਵਿੱਚ ਉਹਨਾਂ ਸਾਡੇ ਨੇੜੇ ਹੋਰ ਕੋਈ ਨਹੀਂ ਹੈ ਸ਼ਫੀਕ ਹਰ ਕਿਸਮ ਦੇ ਅਸਲੇ ਬਾਰੇ ਜਾਣੂ ਸੀ ਜੇ ਕਿਸੇ ਸਿੰਘ ਨੂੰ ਅਸਲੇ ਬਾਰੇ ਕੁਝ ਦੱਸਣਾ ਹੁੰਦਾ ਤਾਂ ਅਸੀਂ ਉਸ ਨੂੰ ਬੁਲਾ ਲੈਂਦੇ ਸਾਂ ਉਸ ਰਹਾਦੂ ਤੇ ਵੀ ਅਸਲਾ ਪਹੁੰਚਾਉਣ ਤੱਕ ਚਲਾ ਜਾਂਦਾ ਸੀ ਉਹ ਸਾਡੇ ਨਾਲ ਇੰਨਾ ਘੁਲ ਮਿਲ ਗਿਆ ਸੀ ਕਿ ਉਹ ਭੁੱਲ ਗਿਆ ਸੀ ਕਿ ਅਸੀਂ ਕੌਣ ਹਾਂ ਅਤੇ ਸਾਡਾ ਟਿਕਾਣਾ ਕਿੱਥੇ ਹੈ ਉਹ ਬਹੁਤ ਅਣਖ ਵਾਲਾ ਨੌਜਵਾਨ ਸੀ ਉਹਨੂੰ ਪੈਸੇ ਦਾ ਕੋਈ ਲਾਲਚ ਨਹੀਂ ਸੀ ਜਿਹੜੇ ਪੈਸੇ ਕਮਾਉਂਦਾ ਸੀ ਸ਼ਾਇਦ ਉਹ ਵੀ ਆਪਣੇ ਪਿੰਡ ਭੇਜਦਾ ਸੀ ਉਹ ਕਈ ਸੈਂਕੜੇ ਸਿੰਘਾਂ ਨੂੰ ਨਾਂ ਅਤੇ ਚਿਹਰੇ ਤੋਂ ਪਛਾਣਨ ਲੱਗ ਪਿਆ ਸੀ ਕਿਉਂਕਿ ਜਦੋਂ ਸਿੰਘਾਂ ਨੂੰ ਨਨਕਾਣਾ ਸਾਹਿਬ ਅਤੇ ਪੰਜਾ ਸਾਹਿਬ ਦੇ ਦਰਸ਼ਨ ਕਰਵਾਉਣੇ ਹੁੰਦੇ ਸਨ ਤਾਂ ਉਹ ਨਾਲ ਹੀ ਭੇਜਿਆ ਜਾਂਦਾ ਸੀ ਦੂਜਾ ਨੌਜਵਾਨ ਇੰਤਖਾਬ ਸੀ ਜੋ ਸ਼ਾਇਦ ਸਿਆਲ ਕੋਟਵਾਲ ਦਾ ਸੀ ਲੰਬਾ ਕੱਦ ਪੱਕਾ ਰੰਗ ਅਤੇ ਦਾੜੀ-ਮੁੱਛਾਂ ਸਾਫ਼ ਕੀਤੀਆਂ ਹੁੰਦੀਆਂ ਸਨ ਉਹ ਲਾਹੌਰ ਦੇ ਹਸਪਤਾਲ ਵਿੱਚ ਨੌਕਰੀ ਕਰਦਾ ਸੀ ਉਹਦੇ ਕਈ ਰਿਸ਼ਤੇਦਾਰ ਵੀ ਇੱਥੇ ਕੰਮ ਕਰਦੇ ਸਨ ਉਹ ਲਾਹੌਰ ਵਿੱਚ ਹੀ ਕਿਤੇ ਰਹਿੰਦਾ ਸੀ ਜਦੋਂ ਸਰਹੱਦ ਉੱਤੇ ਜਾਣ ਆਉਣ ਵੇਲੇ ਕਈ ਵਾਰ ਕੋਈ ਸਿੰਘ ਮੁਕਾਬਲੇ ਵਿੱਚ ਜ਼ਖਮੀ ਹੋ ਜਾਂਦਾ ਸੀ ਤਾਂ ਉਹਨੂੰ ਲਾਹੌਰ ਦੇ ਹਸਪਤਾਲ ਵਿੱਚ ਹੀ ਦਾਖਲ ਕਰਾਇਆ ਜਾਂਦਾ ਸੀ ਇੱਥੇ ਇਲਾਜ ਬਹੁਤ ਵਧੀਆ ਹੁੰਦਾ ਸੀ ਇੰਤਖਾਬ ਨਾਲ ਮੁਲਾਕਾਤ ਇਸੇ ਤਰੀਕੇ ਹੀ ਹੋਈ ਅਸੀਂ ਉੱਥੇ ਪਠਾਨ ਬਣ ਕੇ ਰਹਿੰਦੇ ਸਾਂ ਅਤੇ ਉਹਨਾਂ ਵਾਲੀ ਸਲਵਾਰ ਕਮੀਜ਼ ਪਹਿਨਦੇ ਅਤੇ ਪੱਗ ਬੰਨਦੇ ਸਾਂ ਇਲਾਜ ਦੌਰਾਨ ਉਹਨੂੰ ਪਤਾ ਲੱਗ ਗਿਆ ਕਿ ਇਹ ਸਿੱਖ ਹਨ ਫਿਰ ਇਹ ਵੀ ਪਤਾ ਲੱਗ ਗਿਆ ਕਿ ਇਹ ਖਾਲਸਤਾਨ ਲਈ ਜੂਝਣ ਵਾਲੇ ਹਨ ਸਾਰੇ ਹਸਪਤਾਲ ਵਾਲੇ ਸਾਡੇ ਲਈ ਵਿਸ਼ੇਸ਼ ਧਿਆਨ ਦਿੰਦੇ ਸਨ ਅਤੇ ਬਹੁਤ ਸਤਿਕਾਰ ਕਰਦੇ ਸਨ ਇੰਤਖਾਬ ਅਤੇ ਉਹਦੇ ਪਰਿਵਾਰ ਨਾਲ ਸਾਡੇ ਸਬੰਧ ਬਣੇ ਅਤੇ ਬਹੁਤ ਗੂੜੇ ਹੋ ਗਏ ਇੰਤਖਾਬ ਸਾਡੇ ਕੋਲ ਘਰ ਵੀ ਆ ਜਾਂਦਾ ਸੀ ਉਹ ਬਹੁਤ ਜ਼ਿੰਮੇਵਾਰ ਨੌਜਵਾਨ ਸੀ ਅਤੇ ਬੜੀ ਸੇਵਾ ਭਾਵਨਾ ਵਾਲਾ ਸੀ ਲਾਲ ਸਿੰਘ ਨੇ ਲਾਹੌਰ ਵਿੱਚ ਕੋਠੀ ਲਈ ਸੀ ਅਤੇ ਜਥੇਦਾਰ ਤਲਵਿੰਦਰ ਸਿੰਘ ਵੀ ਉਹਨਾਂ ਕੋਲ ਆ ਕੇ ਰਹਿ ਲੈਂਦਾ ਸੀ ਕਿਉਂਕਿ ਉਹ ਵੀ ਬਾਹਰ ਹੁੰਦਾ ਸੀ ਅਤੇ ਲਾਲ ਸਿੰਘ ਵੀ ਬਾਹਰੋਂ ਹੀ ਇੱਥੇ ਆਇਆ ਸੀ ਇੰਤਖਾਬ ਵੀ ਇਸੇ ਟਿਕਾਣੇ ਉੱਤੇ ਅਕਸਰ ਆਉਂਦਾ ਰਹਿੰਦਾ ਸੀ 1992 ਵਿੱਚ ਜਦੋਂ ਅਸੀਂ ਇੱਧਰ ਆ ਗਏ ਤਾਂ ਕੁਝ ਸਮੇਂ ਬਾਅਦ ਖਬਰ ਆਈ ਕਿ ਜਥੇਦਾਰ ਤਲਵਿੰਦਰ ਸਿੰਘ ਫਲੌਰ ਨੇੜੇ ਮੁਕਾਬਲੇ ਵਿੱਚ ਸ਼ਹੀਦ ਹੋ ਗਿਆ ਖਬਰਾਂ ਵਿੱਚ ਲਿਖਿਆ ਸੀ ਕਿ ਦੋ ਪਾਕਿਸਤਾਨੀ ਅਤੇ ਬਹੁਤ ਸਾਰਾ ਗੋਲੀ ਸਿੱਕਾ ਵੀ ਫੜਿਆ ਗਿਆ ਬਾਅਦ ਵਿੱਚ ਪਤਾ ਲੱਗਿਆ ਕਿ ਜਿਹੜੇ ਦੋ ਪਾਕਿਸਤਾਨੀ ਨਾਲ ਸਨ ਉਹ ਸ਼ਫੀਕ ਤੇ ਇੰਤਖਾਬ ਹੀ ਸਨ ਉਹ ਜਥੇਦਾਰ ਦੇ ਨਾਲ ਹੀ ਇੱਧਰ ਆ ਗਏ ਸਨ ਅਤੇ ਕੁਝ ਹਫ਼ਤਿਆਂ ਬਾਅਦ ਹੀ ਫੜੇ ਗਏ ਉਹਨਾਂ ਨੂੰ ਫੜ ਕੇ ਤਸ਼ੱਦਦ ਕੀਤਾ ਗਿਆ ਅਤੇ ਫਿਰ ਝੂਠਾ ਮੁਕਾਬਲਾ ਬਣਾ ਦਿੱਤਾ ਉਹ ਇੱਧਰ ਕਿਉਂ ਆਏ ਇਸ ਬਾਰੇ ਕੋਈ ਸਮਝ ਨਹੀਂ ਆਈ ਕਿਉਂਕਿ ਉਹਨਾਂ ਸਾਡੇ ਨਾਲ ਕਦੇ ਇਸ ਤਰ੍ਹਾਂ ਦੀ ਗੱਲ ਨਹੀਂ ਕੀਤੀ ਸੀ ਉਹਨਾਂ ਦਾ ਜਥੇਦਾਰ ਨਾਲ ਚੰਗਾ ਲਗਾਓ ਸੀ ਕਿ ਉਹ ਪ੍ਰੇਮ ਅਤੇ ਸੇਵਾ ਭਾਵਨਾ ਕਰਕੇ ਹੀ ਅਲੈਦਾ ਨਾ ਹੋਏ ਅਤੇ ਜਥੇਦਾਰ ਨਾਲ ਲਗਾਓ ਕਰਕੇ ਹੀ ਇੱਧਰ ਆ ਗਏ ਜਾਂ ਸਾਡੇ ਸੰਘਰਸ਼ ਵਿੱਚ ਹਿੱਸਾ ਪਾਉਣ ਦੀ ਭਾਵਨਾ ਸੀ ਕਿਉਂਕਿ ਉਹ ਸਾਡੇ ਨਾਲ ਰਹਿ ਕੇ ਆਪਣੇ ਆਪ ਨੂੰ ਸਾਡੇ ਵਾਂਗ ਹੀ ਮਹਿਸੂਸ ਕਰਨ ਲੱਗ ਗਏ ਸਨ ਮੇਰਾ ਖਿਆਲ ਹੈ ਕਿ ਉਹ ਜਥੇਦਾਰ ਨਾਲ ਪ੍ਰੇਮ ਭਾਵ ਕਰਕੇ ਹੀ ਇੱਧਰ ਆ ਗਏ ਅਤੇ ਆਉਂਦਿਆਂ ਹੀ ਜਲਾਦਾਂ ਦੇ ਵਾਸ ਪੈ ਗਏ ਪਾਕਿਸਤਾਨੀ ਨੌਜਵਾਨਾਂ ਨੂੰ ਫੜ ਕੇ ਇਹ ਬਹੁਤ ਖੁਸ਼ ਹੋਏ ਹੋਣਗੇ ਕਿਉਂਕਿ ਪਾਕਿਸਤਾਨ ਖਿਲਾਫ ਹਿੰਦੂ ਤਵੀ ਫਾਸ਼ੀਵਾਦੀਆਂ ਦੇ ਮਨ ਵਿੱਚ ਬਹੁਤ ਡੂੰਗੀ ਘਰਣਾ ਹੈ ਇਹਨਾਂ ਦੇ ਅਫਸਰਾਂ ਨੇ ਇਹਨਾਂ ਮਲੂਕ ਜਿਹੇ ਨੌਜਵਾਨਾਂ ਨੂੰ ਬਹੁਤ ਜਲੀਲ ਕੀਤਾ ਹੋਏਗਾ ਇਹਨਾਂ ਜਵਾਨਾਂ ਦੀ ਸ਼ਹਾਦਤ ਨੇ ਸਾਡੇ ਬਜ਼ੁਰਗਾਂ ਦੀ ਸਾਂਝ ਉੱਤੇ ਮੋਹਰ ਲਾਈ ਹੈ ਇਹੋ ਜਿਹੀਆਂ ਹੋਰ ਵੀ ਜਿਉਂਦੀਆਂ ਕਹਾਣੀਆਂ ਹਨ ਜਿਹੜਿਆਂ ਨੇ ਸਾਡੇ ਲਈ ਜਫਰਜਾਲੇ ਅਤੇ ਕੁਰਬਾਨੀਆਂ ਦਿੱਤੀਆਂ ਹਨ ਸਾਡੇ ਲੋਕਾਂ ਨੂੰ ਉਹਨਾਂ ਬਾਰੇ ਕੁਝ ਵੀ ਪਤਾ ਨਹੀਂ ਹੈ ਅਤੇ ਉਹਨਾਂ ਦੇ ਲੋਕਾਂ ਨੂੰ ਵੀ ਉਹਨਾਂ ਬਾਰੇ ਕੁਝ ਪਤਾ ਨਹੀਂ ਹੈ ਉਹਨਾਂ ਦੀ ਕੋਈ ਖਬਰ ਨਹੀਂ ਹੈ ਉਹਨਾਂ ਦਾ ਕੋਈ ਨਿਸ਼ਾਨ ਨਹੀਂ ਹੈ ਪਰ ਉਹਨਾਂ ਦੀ ਸੱਚੀ ਮੁਹੱਬਤ ਅਤੇ ਦੋਸਤੀ ਸਾਡੇ ਦਿਲਾਂ ਵਿੱਚ ਵੱਸਦੀ ਹੈ ਜਦੋਂ ਅਸੀਂ ਅਰਦਾਸ ਕਰਦੇ ਹਾਂ ਤਾਂ ਸਾਡੇ ਹੱਥ ਰੱਬ ਵੱਲ ਇਹਨਾਂ ਮਿੱਤਰਾਂ ਲਈ ਵੀ ਦੁਆ ਵਿੱਚ ਉੱਠਦੇ ਹਨ ਕਲੰਕ ਦਾ ਡਰ ਫਗਵਾੜੇ ਕੋਲ ਦਾ ਇੱਕ ਨੌਜਵਾਨ ਫਰਡੇਸ਼ਨ ਵਿੱਚ ਸਰਗਰਮ ਸੀ ਜਿਸ ਕਰਕੇ ਉਹ ਪੁਲਿਸ ਦੀ ਨਿਗਾਹ ਵਿੱਚ ਆ ਗਿਆ ਪੁਲਸ ਨੇ ਉਹਨੂੰ ਫੜ ਲਿਆ ਅਤੇ ਤਸ਼ੱਦਦ ਕੀਤਾ। ਉਹ ਜੋ ਕੁਝ ਥੋੜਾ ਬਹੁਤ ਸੰਘਰਸ਼ ਬਾਰੇ ਜਾਣਦਾ ਸੀ ਉਹਨੇ ਦੱਸ ਦਿੱਤਾ। ਪੁਲਸ ਨੇ ਉਹਦੀ ਗ੍ਰਿਫਤਾਰੀ ਨਹੀਂ ਪਾਈ ਅਤੇ ਸਿੰਘਾਂ ਦੀ ਪਛਾਣ ਕਰਾਉਣ ਲਈ ਉਹਨੂੰ ਉਸ ਤਰ੍ਹਾਂ ਹੀ ਆਪਣੇ ਨਾਲ ਰੱਖੀ ਰੱਖਿਆ। ਕੁਝ ਸਮੇਂ ਬਾਅਦ ਕੋਈ ਚੰਗਾ ਅਫਸਰ ਆਇਆ ਤਾਂ ਉਹਨੇ ਵੇਖਿਆ ਕਿ ਉਹ ਬੰਦੇ ਨੇ ਕੁਝ ਵੀ ਨਹੀਂ ਕੀਤਾ ਅਤੇ ਉਹਨੂੰ ਹੋਰ ਰੱਖਣ ਦਾ ਕੋਈ ਫਾਇਦਾ ਵੀ ਨਹੀਂ। ਉਹਨੂੰ ਉਹਦੇ ਰਿਸ਼ਤੇਦਾਰਾਂ ਦੀ ਫਰਿਆਦ ਉੱਤੇ ਰਿਹਾ ਕਰ ਦਿੱਤਾ। ਜਦੋਂ ਉਹ ਬਾਹਰ ਆਇਆ ਉਦੋਂ ਤੱਕ ਉਹਦੇ ਬਾਰੇ ਲੋਕਾਂ ਵਿੱਚ ਗੱਲ ਪ੍ਰਚਲਿਤ ਹੋ ਗਈ ਸੀ ਕਿ ਉਹ ਪੁਲਿਸ ਨਾਲ ਲੜ ਗਿਆ ਹੈ ਕਿਉਂਕਿ ਉਹਦੇ ਵੱਲੋਂ ਦਸਿਆਂ ਕੁ 18 ਤੋਂ ਸਮਾਨ ਫੜਿਆ ਗਿਆ ਸੀ ਲੋਕਾਂ ਵਿੱਚ ਉਹਦੇ ਕੈਟ ਹੋਣ ਦੀ ਗੱਲ ਪੱਕ ਗਈ ਇਹ ਗੱਲ ਉਹਦੇ ਲਈ ਬੜਾ ਵੱਡਾ ਤੱਬਾ ਸੀ ਉਹ ਆਪਣੇ ਘਰ ਵਾਪਸ ਨਹੀਂ ਗਿਆ ਅਤੇ ਕਿਸੇ ਨੂੰ ਮਿਲਿਆ ਵੀ ਨਹੀਂ ਉਹ ਸਦਾ ਲਈ ਪੰਜਾਬ ਛੱਡ ਕੇ ਚਲਾ ਗਿਆ ਕੋਈ 12 ਕੋ ਸਾਲ ਬਾਅਦ ਉਹਦਾ ਇੱਕ ਦੋਸਤ ਉਹਨੂੰ ਗੁਜਰਾਤ ਵਿੱਚ ਮਿਲ ਗਿਆ ਉਹਨੇ ਦੱਸਿਆ ਕਿ ਲੋਕ ਸਮਝਦੇ ਹਨ ਕਿ ਜਾਂ ਤਾਂ ਤੈਨੂੰ ਪੁਲਿਸ ਨੇ ਮਾਰ ਦਿੱਤਾ ਜਾਂ ਤੂੰ ਬਾਹਰ ਵਸ ਗਿਆ ਉਹਨੇ ਆਪਣੇ ਦੋਸਤ ਰਾਂਈ ਘਰਦਿਆਂ ਕੋਲੋਂ ਪੈਸੇ ਮੰਗਵਾਏ ਪਰ ਪੰਜਾਬ ਨਹੀਂ ਗਿਆ ਉਹ ਨਾ ਪੈਸਿਆਂ ਨਾਲ ਪਹਿਲਾਂ థਾਈਲੈਂਡ ਗਿਆ ਫਿਰ ਉੱਥੋਂ ਕੈਨੇਡਾ ਜਾ ਕੇ ਵਸ ਗਿਆ ਹੁਣ ਉੱਥੇ ਉਹਦਾ ਪਰਿਵਾਰ ਹੈ ਅਤੇ ਬੱਚੇ ਵੀ ਕਿਥੇ ਉਹਦੇ ਘਰਦਿਆਂ ਅਤੇ ਦੋਸਤੋਂ ਬਿਨਾ ਕਿਸੇ ਨੂੰ ਪਤਾ ਨਹੀਂ ਹੈ ਬਾਕੀ ਲੋਕ ਉਸ ਬਾਰੇ ਪਹਿਲਾਂ ਵਾਂਗ ਹੀ ਸੋਚਦੇ ਹਨ ਅਤੇ ਹੌਲੀ-ਹੌਲੀ ਭੁੱਲਦੇ ਵੀ ਜਾ ਰਹੇ ਹਨ ਜਦੋਂ ਉਹ ਰਹਾ ਹੋਇਆ ਕਾਂ ਡੂੰਗੀ ਉਦਾਸੀ ਵਿੱਚ ਸੀ ਜਿਸ ਕਰਕੇ ਉਹ ਗੱਡੀ ਚੜ੍ਹ ਕੇ ਗੁਜਰਾਹ ਚਲਾ ਗਿਆ ਉਹਨੇ ਆਪਣੀ ਪਹਿਲੀ ਪੁਸ਼ਾਕਨ ਪੁਲਾ ਕੇ ਨਵੀਂ ਬਣਾ ਲਈ ਅਤੇ ਉੱਥੇ ਦਿਹਾੜੀ ਕਰਨ ਲੱਗ ਪਿਆ 12 ਸਾਲ ਉਸੇ ਤਰ੍ਹਾਂ ਮਜ਼ਦੂਰਾ ਵਾਂਗ ਦਿਹਾੜੀ ਕਰਦਾ ਰਿਹਾ ਅਤੇ ਸ਼ਹਿਰ ਦੇ ਝੌਂਪੜੀ ਵਾਲੇ ਇਲਾਕੇ ਵਿੱਚ ਇੱਕ ਝੁੱਗੀ ਬਣਾ ਕੇ ਰਹਿੰਦਾ ਰਿਹਾ ਉਹ ਗਰੀਬ ਪੀੜਤ ਅਤੇ ਮਜਬੂਰ ਲੋਕਾਂ ਨਾਲ ਰਲ ਗਿਆ ਜੇ ਉਹਦਾ ਦੋਸਤ ਨਾ ਮਿਲਦਾ ਤਾਂ ਸ਼ਾਇਦ ਉਹ ਸਦਾ ਲਈ ਹੀ ਉੱਥੇ ਰਹਿੰਦਾ ਕਿਤਾਬ ਖੜਕੂ ਸੰਘਰਸ਼ ਦੀ ਸਾਖੀ ਅਣਜਾਣੇ ਅੰਗੋਲੇ ਸਿਦਕੀ ਅਤੇ ਜੋਦੇ ਲੇਖਕ ਭਾਈ ਦਲਜੀਤ ਸਿੰਘ ਭਾਗ 2 ਆਵਾਜ਼ ਗੁਰਜੰਟ ਸਿੰਘ ਰੂਪ ਵਾਲੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ